हेलो दोस्तों वेलकम टू सिद्धी पंजाब पंजाब रिलेटेड करंट अफेयर्स दी डिस्कशन च ਤੁਹਾਡਾ ਸਵਾਗਤ ਹੈ ਅੱਜ ਆਪਾਂ 28 ਫਰਵਰੀ ਤੋਂ ਲੈ ਕੇ 1 ਮਾਰਚ ਤੱਕ ਦੇ ਜਿਹੜੇ ਕਰੰਟ ਅਫੇਅਰਸ ਹੈ ਉਹ ਡਿਸਕਸ ਕਰਾਂਗੇ ਰਾਈਟ ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਮਾਈ ਚੈਨਲ ਤੇ ਸਟ੍ਰੈਟਜੀ ਵੀਡੀਓਜ਼ ਵੀ ਆਪਾਂ ਹੁਣ ਸਟਾਰਟ ਕਰ ਦਿੱਤੀਆਂ ਹਨ ਤਾਂ ਕਿ ਤੁਸੀਂ ਅੱਛੇ ਤਰੀਕੇ ਨਾਲ ਪ੍ਰਪੇਅਰ ਕਰ ਸਕੋ ਐਗਜ਼ਾਮ ਬਾਰੇ ਤੁਹਾਨੂੰ ਅਵੇਅਰਨੈਸ ਹੋ ਸਕੇ ਰਾਈਟ ਤਾਂ ਕੱਲ ਮੈਂ ਵੀਡੀਓ ਪੋਸਟ ਕੀਤੀ ਸੀ which was about the entire punjab pcs posts that are involved theek hai to ohnu dhyan naal dekho taaki tonu pata challe ki tusi exactly kis exam layi baith rahe ho kya posts kis hierarchy vich kis level te tusi ye no posts layi compete kar rahe ho right check that video for your general knowledge for your awareness te toade ch motivation vi aave ki tusi kinne high level te baith ke kaam karoge isiliye taiyari vi toadi achhi hona zaruri hai राइट ऐसे नोट पे आपा आज दी डिस्कशन जेडी है विल स्टार्ट दैट फर्स्ट वी विल सी दी कंटेंट्स आज आपा केड़े-केड़े टॉपिक डिस्कस ਕਰਨ ਵਾਲੇ ਹਾਂ राइट 28 ਫਰਵਰੀ ਤੋਂ ਲੈ ਕੇ 21 ਆਈ ਮੀਨ 1 ਮਾਰਚ ਤੱਕ ਦੇ ਜਿਹੜੇ கரنٹ ਅਫੇਅਰਸ ਆਪਾਂ ਡਿਸਕਸ ਕਰਾਂਗੇ ਇਹ نو ਟਾਪਿਕਸ ਹੈ ਬ੍ਰੌਡਲੀ ਜਿਹੜੇ ਅੱਜ ਆਪਾਂ ਡਿਸਕਸ ਕਰਨ ਵਾਲੇ ਹਾਂ राइट ਕੁਝ ਜ਼ਿਆਦਾ ਲੰਬੀ ਡਿਸਕਸ਼ਨ ਨਹੀਂ ਹੋਏਗੀ ਕਈ ਟਾਪਿਕਸ ਕਾਫੀ ਛੋਟੇ ਨੇ ਪਹਿਲਾ ਪੈਸਟ ਅਟੈਕਸ ਤੇ ਨਿਊਜ਼ ਆਈ ਹੈ ਇਹਨਾਂ ਬਾਰੇ ਦੇਖ ਲਾਂਗੇ ਪ੍ਰੀਲਿਮਸ ਮੈਨਸ ਦੋਨਾਂ ਲਈ ਇੰਪੋਰਟੈਂਟ ਹੈ ਥੈਨ ਵੈਰੀ ਇੰਪੋਰਟੈਂਟ ਕਮਿਸ਼ਨ ਪੰਜਾਬ ਸਟੇਟ ਇਨਫੋਰਮੇਸ਼ਨ ਕਮਿਸ਼ਨ ਆਰਟੀਆਈ ਦੇ ਅੰਡਰ ਜਿਹੜੀ ਬਣੀ ਹੈ ਇਹਦੇ ਬਾਰੇ ਨਿਊਜ਼ ਆਈ ਸੀ ਤਾਂ ਇਹਨੂੰ ਆਪਾਂ ਡਿਟੇਲ ਚ ਡਿਸਕਸ ਕਰ ਲਵਾਂਗੇ ਥੈਨ ਗਵਰਨਰ ਡਿਊਟੀ ਬਾਉਂਡ ਟੂ ਐਕਟ ਔਨ ਕੈਬਨਿਟ ਐਡਵਾਈਸ ਅਗੇਨ ਪੰਜਾਬ ਗਵਰਨਰ ਤੇ ਪੰਜਾਬ ਸੀਐਮ ਚ ਕੁਝ ਯੂ نو ਸਕਫਲ ਟਾਈਪਸ ਚੱਲ ਰਹੀ ਹੈ ਕਿਸ ਨਾਲ ਰਿਲੇਟਡ ਹੈ ਇਹਨੂੰ ਦੇਖ ਲਵਾਂਗੇ ਕਨਸਟੀਟਿਊਸ਼ਨ ਕੀ ਕਹਿੰਦਾ ਹੈ ਗਵਰਨਰ ਦੀ ਪੋਸਟ ਬਾਰੇ ਇਹ ਵੀ ਆਪਾਂ ਚੈੱਕ ਕਰ ਲਵਾਂਗੇ राइट right, नेक्स्ट है पंजाब गवर्नमेंट प्लानिंग टू टेक फोटी सिटीजन सेंट्रिक सर्विसेज टू पीपल ठीक है जी पंजाब गवर्नमेंट सिटीजन सर्विस इंप्रूव करने लिए कुछ इनिशिएटिव ले रही है, करांगे. India experienced February since 1877. है. ए ए तो यू डिस्कस करा इंडिया एक्सपीरियंसड वॉरमेस्ट फेबररी सिंस ना एटीन सैवनटी सैवन बहुत इंपॉर्टेंट डाटा है ये लाइन य डाटा तुम लिख के रखोगे तो आप दे आंसरस यूज करोंगे तो काफ़ी अच्छे मार्क्स मार्क्सन दिलाएगा तो यू भी आप थोड़ा डिसकस कर लवेंगे इंडियन स्टेट्स एनर्जी ट्रांजिशन रिपोर्ट अगेन एक नवी रिपोर्ट आई है क्या कह रही है रिपोर्ट रिपोर्ट कौन पब्लिश करता एक बार देख लवेंगे टू क्वेश्चन पूछा जा सकता है राइट देन भारत गौरव ट्रेन टू शो गुजरात राइट भारत गौरव ट्रेन क्या है गुरु कृपा यात्रा जी आप पढ़ चुके हो क्या रिलेशन है यम्पोर्टेंट है पंजाब दिस रिलेटेड भी इस डाटा है तो यू आप डिस्कस करेंगे ਦੈਨ ਨੈਕਸਟ ਟਾਪਿਕ ਇੰਡੀਆ ਡੈਨਮਾਰਕ ਇੰਡੀਆ ਡੈਨਮਾਰਕ ਦੀ ਕੋਆਪਰੇਸ਼ਨ ਕਿਵੇਂ ਜਾ ਰਹੀ ਹੈ ਇਸ ਬਾਰੇ ਕੁਝ ਛੋਟਾ ਜਿਹਾ ਆਰਟੀਕਲ ਆਇਆ ਹੈ ਤਾਂ ਇਹਨੂੰ ਵੀ ਡਿਸਕਸ ਕਰਾਂਗੇ ਐਂਡ ਇੰਡੀਅਨ ਸਿਟੀਜ਼ਨਸ ਗਾਟ 1/4 ਆਫ ਟੋਟਲ ਵੀਜ਼ਾਸ ਇਸ਼ੂਡ ਬਾਈ ਯੂਕੇ ਇੰਡੀਆ ਯੂਕੇ ਦੇ ਸੰਬੰਧ ਵਿੱਚ ਇੰਡੀਅਨ ਡਾਇਸਪੋਰਾ ਦੇ ਸੰਬੰਧ ਵਿੱਚ ਇਹ ਆਰਟੀਕਲ ਜਿਹੜਾ ਹੈ ਕਾਫੀ ਇੰਪੋਰਟੈਂਟ ਹੈ ਜੀਐਸ2 ਇੰਟਰਨੈਸ਼ਨਲ ਰਿਲੇਸ਼ਨਸ ਟੂ ਕੁਐਸਚਨ ਪੁੱਛਿਆ ਜਾ ਸਕਦਾ ਹੈ ਪੰਜਾਬੀ ਸੀਐਸ ਵਿੱਚ राइट दीज आर ऑल द टॉपिक्स दैट वी आर गोइंग टू डिस्कस टुडे लेट्स स्टार्ट विद आवर फर्स्ट टॉपिक फीयरिंग एफिड अटैक एक्सपोर्ट्स आस्क फार्मर्स टू मॉनिटर वीट क्रॉप राइट हूँ देखो क्या हो रहा है जी थू तो पता ही है कि ग्लोबल वार्मिंग हो रही है दैट मींस इंटायर अर्थ के टैंपरेचर जोड़े है काफ़ी सिग्निफिकेंटली इनक्रीज़ कर रहे हैं राइजिंग टैंपरेचर न क्या हों कि जिमें हीट बदती है अलोंग विद मॉइस्ट कंडीशनज ਜਿਹੜੇ ਪੈਸ ਵਗੈਰਾ ਹੈ ਉਹ ਖਾਨੀਕਾਰਕ ਪੈਸ ਵਗੈਰਾ ਜਿਹੜੇ ਹੁੰਦੇ ਨੇ ਉਹਨਾਂ ਲਈ ਇਹ ਬਹੁਤ ਹੀ ਕੰਡਿਊਸਿਵ ਕੰਡੀਸ਼ਨਸ ਹੁੰਦੀਆਂ ਨੇ রাইਟ ਹੀਟ ਪਲਸ ਮੌਇਸਚਰ ਇਹਨਾਂ ਸਭ ਕੀਟਾਨੂ ਪੈਸ ਯੂ نو ਮਛਰਾਂ ਲਈ ਗ੍ਰੋਥ ਲਈ ਕਾਫੀ ਲਾਭਦਾਇਕ ਕੰਡੀਸ਼ਨਸ ਹੈ রাইਟ ਨਾਉ ਇਹ ਹਿਊਮਨਸ ਲਈ ਨਹੀਂ ਅੱਛੀਆਂ ਇਹ ਐਗਰੀਕਲਚਰ ਲਈ ਨਹੀਂ ਅੱਛੀਆਂ রাইਟ ਤਾਂ ਇਸੇ ਲਈ ਇਨਕਰੀਜ਼ਿੰਗ ਪੈਸਟ ਅਟੈਕ ਆਪਾਂ ਜਿਹੜੇ ਆਪਦੀ ਕ੍ਰੌਪਸ ਤੇ ਦੇਖ ਰਹੇ ਆਂ ਬਿਕੋਜ਼ ਆਫ ਦੀ ਰਾਈਜ਼ਿੰਗ ਟੈਂਪਰੇਚਰਸ राइट right. एग्जांपल अगर ਤੁਸੀਂ ਦੇਖਣੀ ਹੋਵੇ ਪੈਸਟਡ ਅਟੈਕਸ ਦੀ ਦੋ ਮੇਜਰ ਐਗਜ਼ਾਮਪਲਸ ਐਫਿਡ ਜਿਹੜਾ ਹੁਣਾਂ ਨਿਊਜ਼ ਚ ਆਇਆ ਹੈ ਜਿਹੜਾ ਕਿ ਵੀਟ ਕ੍ਰੋਪ ਤੇ ਅਟੈਕ ਕਰਦਾ ਹੈ ਇਹ ਇਹੋ ਜਿਹਾ ਪੈਸਟ ਹੈ ਦੂਸਰਾ ਬਹੁਤ ਹੀ ਫੇਮਸ ਪੈਸਟ ਪਿੰਕ ਬੋਲਵਾਰਮ ਬਹੁਤ ਇੰਪੋਰਟੈਂਟ ਹੈ ਯੂਪੀਐਸਸੀ ਚ ਵੀ ਕੁਐਸਚਨ ਪੁੱਛਿਆ ਗਿਆ ਸੀ ਪਿੰਕ ਬੋਲਵਾਰਮ ਕੀ ਹੈ ਕਿਸ ਨਾਲ ਰਿਲੇਟਡ ਹੈ ਪੰਜਾਬ ਪੀਸੀਐਸ ਚ ਵੀ ਪੁੱਛਿਆ ਜਾ ਸਕਦਾ ਹੈ ਕਿਉਂਕਿ ਪੰਜਾਬ ਹੀ ਤਾਂ ਜ਼ਿਆਦਾ ਸਭ ਤੋਂ ਜ਼ਿਆਦਾ ਇਫੈਕਟਡ ਸਟੇਟ ਹੈ ਰਾਈਟ ਪਿੰਕ ਬਾਲਵਰਮ ਜੋ ਹੈ कॉटन ਨੂੰ ਇੰਪੈਕਟ ਕਰਦਾ ਹੈ ਰਾਈਟ ਇਹ ਪਿਕਚਰਸ ਜੇ ਤੁਸੀਂ ਦੇਖ ਸਕਦੇ ਹੋ ਇਹ ਐਫਿਡ ਪੈਸਟ ਦੀ ਪਿਕਚਰਸ ਹੈ ਕਿਵੇਂ wheat ਦੀ crop ਨੂੰ ਇਹ ਖਰਾਬ ਕਰ ਰਹੇ ਨੇ ਐਂਡ ਦਿਸ ਇਜ਼ ਪਿੰਕ ਬਾਲਵਰਮ ਜੋ ਕਿ कॉटन ਦੀ crop ਨੂੰ ਕਾਫੀ ਖਰਾਬ ਕਰਦਾ ਹੈ ਰਾਈਟ ਤੇ ਸਭ ਤੋਂ ਵੱਡਾ ਕੰਸਰਨ ਤਾਂ ਇਹ ਹੈ ਕਿ ਇਵਨ बीटी कॉटन ਵੀ ਪਿੰਕ ਵਾਰਮ ਬਾਲਵਰਮ ਤੋਂ बच नहीं सकती ठीक है बी टी का मतलब ही अगर तीस जी एम क्रॉपस बारे थोड़ा बहुत पढ़िया है राइट बी टी का मतलब है कि यह एक जी एम है यानी कि यह जेनेटिकली मॉडिफाई करके पेस्ट करने वाली क्रॉप बनाई सी ठीक है साइंटिस्ट ने कंपनीज ने मोनसैटो बहुत इंपॉर्टेंट कंपनी है जिड़ी कि क्रॉप्स जिन्हें बी टी टेक्नोलॉजी बनाई सी एना ने यह स्पैशली बी टी कॉटन बनाई ही इसलिए थी ताकि कोई भी पेस्ट अटैक ना कर सके बट हूँ मोनसैटो खुद मन रही है कि बी टी कॉटन भी जो पिंक बॉलवॉम तो है बच नहीं सकती है पिंक बॉलवॉम ने आपपटेस नाल म्यूटेज़ नाल ਇਵਨ ਬੀਟੀ ਕਾਟਨ ਨੂੰ ਹਾਮ ਕਰਨ ਦਾ ਤਰੀਕਾ ਲੱਭ ਲਿਆ ਹੈ ਰਾਈਟ ਥੈਟ ਇਜ਼ ਵਾਟ ਇਜ਼ ਦ ਡਿਬੇਟ ਅਬਾਊਟ ਜੀਐਮ ਕ੍ਰੌਪਸ ਆਲਸੋ ਕਿ ਜੀਐਮ ਕ੍ਰੌਪਸ ਜਿਹੜੀਆਂ ਹੈ ਸੁਪਰ ਵੀਡਸ ਕ੍ਰੀਏਟ ਕਰਨਗੀਆਂ ਇਸ ਤਰੀਕੇ ਦੇ ਪੈਸਟ ਕ੍ਰੀਏਟ ਕਰਨਗੀਆਂ ਜਿਨ੍ਹਾਂ ਨੂੰ ਆਪਾਂ ਕਿਸੇ ਵੀ ਤਰੀਕੇ ਨਾਲ ਹਰਾ ਨਹੀਂ ਪਾਵਾਂਗੇ ਐਂਡ ਥਿਸ ਇਜ਼ ਵਨ ਐਗਜ਼ਾਮਪਲ ਰਾਈਟ ਆਈ ਹੋਪ ਤੁਹਾਨੂੰ ਥੋੜਾ ਬਹੁਤ ਸਮਝ ਆ ਰਿਹਾ ਹੋ ਅਗਰ ਤੁਸੀਂ ਜੀਐਮ ਦਾ ਟੌਪਿਕ ਪੜ੍ਹਾ ਹੈ ਤਾਂ ਥੋੜਾ ਬਹੁਤ ਸਮਝ ਆਏਗਾ ਅਦਰਵਾਈਜ਼ ਤੁਸੀਂ ਅਟ ਲੀਸਟ ਇੰਨਾ ਯਾਦ ਰੱਖੋ ਕਿ ਪੈਸਟ ਅਟੈਕ ਜਿਹੜੇ ਹੈ ਅਗਰੀਕਲਚਰ ਤੇ ਕਾਫੀ ਵਧ ਰਹੇ ਹੈ बिकॉज ਆਫ ਰਾਈジング ਟੈਂਪਰੇਚਰਸ ਥੀਸ ਆਰ ਟੂ ਐਗਜ਼ੈਪਲਸ ਇਨਾਂ ਤੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਇਸ ਲਈ ਇਹਨੂੰ ਯਾਦ ਰੱਖੋ ਰਾਈਟ ਨੈਕਸਟ ਟਾਪਿਕ ਪੰਜਾਬ ਸਟੇਟ ਇਨਫੋਰਮੇਸ਼ਨ ਕਮਿਸ਼ਨ ਪੰਜਾਬ ਸਟੇਟ ਇਨਫੋਰਮੇਸ਼ਨ ਕਮਿਸ਼ਨ ਜਿਹੜੀ ਹੈ ਉਹ ਨਿਊਜ਼ ਵਿੱਚ ਹੈ ਤਾਂ ਇਹਦੇ ਬਾਰੇ ਸਾਰੀ ਇਨਫੋਰਮੇਸ਼ਨ ਆਪਣੇ ਲਈ ਜ਼ਰੂਰੀ ਹੈ ਪ੍ਰੀਲੀਮਸ 'ਚੋ ਕੁਐਸਚਨ ਆ ਸਕਦਾ ਹੈ ਮੇਨਸ 'ਚ ਵੀ राइट ਜਿਵੇਂ ਤੁਸੀਂ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਪੜ੍ਹੀ ਹੋਏਗੀ ਇਹ ਉਸ ਨਾਲ ਬਿਲਕੁਲ ਸਿਮਿਲਰ ਹੀ ਪ੍ਰੋਵੀਜ਼ਨਸ ਹੈ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਬਸ ਇਹ ਸਟੇਟ ਲੈਵਲ ਤੇ ਕੰਮ ਕਰਦੀ ਹੈ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਜਿਹੜੀ ਹੈ ਸੈਂਟਰਲ ਲੈਵਲ ਤੇ ਨੈਸ਼ਨਲ ਲੈਵਲ ਤੇ ਕੰਮ ਕਰਦੀ ਹੈ राइट एक ਸਟੇਚਟਰੀ ਬਾਡੀ ਹੈ ਸਟੇਚਟਰੀ ਮਤਲਬ ਬਾਇਲॉ ਕ੍ਰੀਏਟ ਕੀਤਾ ਗਿਆ ਹੈ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅੰਡਰ ਇਹ ਬਾਡੀ ਜਿਹੜੀ ਹੈ ਕ੍ਰੀਏਟ ਕੀਤੀ ਗਈ ਹੈ ਇਸ ਚ ਕਿਹਾ ਜਾਂਦਾ ਹੈ ਕਿ ਇੱਕ ਸੈਂਟਰਲ ਇਨਫੋਰਮੇਸ਼ਨ ਮਤਲਬ ਚੀਫ ਇੱਕ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੋਣਾ ਚਾਹੀਦਾ ਹੈ ਸਟੇਟ ਇਨਫੋਰਮੇਸ਼ਨ ਕਮਿਸ਼ਨ ਚ ਤੇ ਨਾਟ ਮੋਰ ਦੈਨ 10 ਇਨਫੋਰਮੇਸ਼ਨ ਕਮਿਸ਼ਨਰਸ ਹੋਣੇ ਚਾਹੀਦੇ ਹੈ ਮਤਲਬ ਟੋਟਲ ਮੈਂਬਰਸ ਕਿੰਨੇ ਹੁੰਦੇ ਹੈ ਇਨਫੋਰਮੇਸ਼ਨ ਕਮਿਸ਼ਨ ਚ ਐਟ ਮੈਕਸ 11 ਹੋ ਸਕਦੇ ਹੈ ਉਸ ਤੋਂ ਘੱਟ ਵੀ ਹੋ ਸਕਦਾ ਹੈ ਜਿਵੇਂ ਪੰਜਾਬ ਵਿੱਚ ਕਰੰਟਲੀ ਪੰਜ ਹੀ ਇਨਫੋਰਮੇਸ਼ਨ ਕਮਿਸ਼ਨਰਸ ਹਨ ਤੇ ਇੱਕ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੈ ਤਾਂ ਟੋਟਲ 6 ਮੈਂਬਰਸ ਹੈ ਕਰੰਟਲੀ ਪੰਜਾਬ ਵਿੱਚ ਠੀਕ ਹੈ ਜੀ ਸਿਲੈਕਸ਼ਨ ਕਮੇਟੀ ਕਿਆ ਹੁੰਦੀ ਹੈ ਇਹਨਾਂ ਮੈਂਬਰਸ ਨੂੰ ਸਿਲੈਕਟ ਕਰਨ ਲਈ ਸੀਐਮ ਲੀਡਰ ਆਫ ਆਪੋਜੀਸ਼ਨ ਇਨ ਲੈਜਿਸਲੇਟਿਵ ਅਸੈਂਬਲੀ ਤੇ ਕੈਬਨਿਟ ਮਨਿਸਟਰ ਇਹ ਤਿੰਨ ਮਿਲ ਕੇ ਇਹਦੀ ਸਿਲੈਕਸ਼ਨ ਕਮਿਸ਼ਨ ਬਣਾਉਂਦੇ ਨੇ ਗਵਰਨਰ ਜਿਹੜਾ ਹੁੰਦਾ ਹੈ ਉਹ ਫਾਈਨਲੀ ਇਹਨਾਂ ਨੂੰ ਅਪੋਇੰਟ ਕਰਦਾ ਹੈ राइट right, क्वालिफिकेशंस क्या है मेंबर्स दी पर्संस ऑफ एमिनेंस होने चाहिए इन पब्लिक लाइफ लॉ साइंस मतलब पढ़े लिखे लोग जिन्होने कुछ लॉ ਨਾਲ रिलेटेड पब्लिक सर्विस ਨਾਲ रिलेटेड कुछ अचीवमेंट्स पाईया है ठीक है बट एमपी एमएलए जेड़े है वो इंफॉर्मेशन कमीशन के मेंबर्स नहीं हो सकते ते कोई भी ऑफिस ऑफ प्रॉफिट जेड़ा भी मेंबर है वो नहीं होल्ड करना चाहिए राइट ए कंडीशंस है टू सेलेक्ट मेंबर्स और चीफ इंफॉर्मेशन कमिश्नर ਠੀਕ ਹੈ ਜੀ ਇਹਨਾਂ ਕੋਲ ਸਾਰੀਆਂ ਪਾਵਰ ਸਿਵਲ ਕੋਰਟ ਦੀ ਤਰ੍ਹਾਂ ਹੀ ਨਾਲ ਹੁੰਦੀਆਂ ਨੇ ਰਾਈਟ ਜੋ ਵੀ ਪਾਵਰ ਸਿਵਲ ਕੋਰਟ ਕੋਲ ਹੈ ਫॉर ਸਮਨਿੰਗ ਫॉर ਰਿਕਵਾਇਰਿੰਗ ਰਿਕਾਰਡਸ ਵੀ ਪ੍ਰੀਜ਼ੈਂਟ ਕਰੋ ਰਾਈਟ ਇਹ ਸਭ ਪਾਵਰਸ ਇਹਨਾਂ ਦੇ ਕੋਲ ਵੀ ਹੁੰਦੀ ਹੈ ਇਹ ਵੀ ਇੱਕ ਕਾਜ਼ੀ ਜੁਡੀਸ਼ੀਅਲ ਬਾਡੀ ਹੈ कॉजी जुडिशियल बहुत इंपोर्टेंट टॉपिक्स ने आई होपी पॉलिटी के बेसिक्स जवर किए करंट अफेयरस की यू नो डिस्कशन से स्कोप नहीं आंदा क्योंकि काफ़ी लंबी डिस्कशन हो जाएगी इफ़ आई स्टार्ट डिस्कसिंग ऑल ऑफ दीज इन डिटेल तुम्हें के बेसिक्स चे सब कवर करना इंपोर्टेंट डिटेल्स है कोजी जुडिशियल बॉडीज़ क्या होंगे ने राइट ए इंफोरमे भी एक कोजी जुडिशियल बॉडी है मतलब कुछ जुडिशियल फंक्शनज़ इन्हों दें गए हैं जबकि यह एक एग्जैकटिव बॉडी है राइट आई होप कि ਹੁਣ ਤੱਕ ਤੁਹਾਨੂੰ ਲੈਜਿਸਲੇਟਰ ਐਗਜ਼ੀਕਟਿਵ ਤੇ ਜੁਡੀਸ਼ਰੀ ਚ ਫਰਕ ਸਮਝ ਆਨ ਲੱਗ ਗਿਆ ਹੋਣਾ ਹੈ ਮੈਂਨੇ ਕਾਫੀ ਵਾਰ ਇਹ ਸਮਝਾਇਆ ਹੈ ਤੁਹਾਨੂੰ ਇਹਦੀ ਟੈਨਯੂਰ ਕੀ ਹੈ ਦੇਖੋ ਜਾਂ ਤਾਂ ਸੈਂਟਰਲ ਗਵਰਨਮੈਂਟ ਡਿਸਾਈਡ ਕਰੇਗੀ ਜਾਂ 65 ইয়ার্স ਤੱਕ ਰਾਈਟ ਐਂਡ ਦੈਨ ਸੈਲਰੀ ਅਲਾਉਂਸਸ ਵੀ ਸੈਂਟਰਲ ਗਵਰਨਮੈਂਟ ਡਿਸਾਈਡ ਕਰੇਗੀ ਰਾਈਟ ਇਹ ਦੇਖੋ 2019 ਚ ਆਰਟੀਆਈ ਐਕਟ ਵਿੱਚ ਅਮੈਂਡਮੈਂਟ ਹੋਈ ਸੀ ਉਹ ਤੋਂ ਬਾਅਦ ਇਹ ਸੈਂਟਰਲ ਗਵਰਨਮੈਂਟ ਡਿਸਾਈਡ ਕਰਨ ਲੱਗੀ ਹੈ ਪਰ ਨਹੀਂ ਤਾਂ ਇਸ ਅਮੈਂਡਮੈਂਟ ਤੋਂ ਪਹਿਲਾਂ ਇਹ ਕਮਿਸ਼ਨ ਕੰਪਲੀਟਲੀ ਇੰਡੀਪੈਂਡੈਂਟ ਸੀ ਇਹਨਾਂ ਦੀ ਫਿਕਸਡ ਟੈਨਿਓਰ ਸੀਗੀ 5 ਸਾਲ ਦੀ ਤੇ ਇਹਨਾਂ ਦੀ ਸੈਲਰੀ ਅਲਾਉਂਸਸ ਵੀ ਕਨਸਟੀਟਿਊਸ਼ਨ ਦੇ ਉੱਤੇ ਚਾਰਜਡ ਰਹਿੰਦੀਆਂ ਸੀ ਮਤਲਬ ਸੈਂਟਰਲ ਗਵਰਨਮੈਂਟ ਕਿਸੇ ਵੀ ਤਰੀਕੇ ਨਾਲ ਬਾਡੀ ਨੂੰ ਇਨਫਲੂਐਂਸ ਨਹੀਂ ਕਰ ਸਕਦੀ ਸੀ ਬਟ ਇਸ ਐਮੈਂਡਮੈਂਟ ਦੇ थ्रू ਹੁਣ ਸੈਂਟਰਲ ਗਵਰਨਮੈਂਟ ਨੇ 8 ਟੈਨਯੂਰ ਫਿਕਸ ਕਰਨ ਦੀਆਂ ਸੈਲਰੀ ਅਲਾਉਂਸਸ ਫਿਕਸ ਕਰਨ ਦੀ ਪਾਵਰ ਆਪਦੇ ਹੱਥ ਵਿੱਚ ਲੈ ਲਈਆਂ ਹੈ ਰਾਈਟ ਇਸੇ ਲਈ ਕਾਫੀ ਕ੍ਰਿਟਿਸਿਜ਼ਮ ਵੀ ਹੁੰਦਾ ਹੈ ਇਸ ਐਮੈਂਡਮੈਂਟ ਦਾ ਇਸੇ ਲਈ ਕਿਹਾ ਵੀ ਜਾਂਦਾ ਹੈ ਕਿ ਆਰਟੀਆਈ ਐਕਟ ਨੂੰ ਵੀਕਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਈਟ ਆਰਟੀਆਈ ਗਵਰਨੈਂਸ GS2 ਦਾ ਬਹੁਤ ਇੰਪੋਰਟੈਂਟ ਟਾਪਿਕ ਹੈ ਉਸ 'ਚ ਤੁਸੀਂ ਇਹ ਪੁਆਇੰਟ ਲਿਖ ਸਕਦੇ ਹੋ ਯੂਜ਼ ਕਰ ਸਕਦੇ ਹੋ ਸੇਇੰਗ ਥੈਟ ਇਹ ਜਿਹੜੀਆਂ ਅਮੈਂਡਮੈਂਟ ਕੀਤੀਆਂ ਜਾ ਰਹੀਆਂ ਹਨ ਇਹ RTI ਐਕਟ ਨੂੰ ਇੱਕ ਵੱਡਾ ਚੈਲੰਜ ਦੇ ਰੂਪ ਵਿੱਚ ਪ੍ਰੈਜ਼েন্ট ਕਰ ਰਹੀਆਂ ਨੇ ਰਾਈਟ ਨਾਓ CIC ਜਾਂ ਇਨਫੋਰਮੇਸ਼ਨ ਕਮਿਸ਼ਨਰ ਦੇ ਫੰਕਸ਼ਨਸ ਕੀ ਹੈ ਦੇਖੋ ਕੋਈ ਵੀ ਇਨਸਾਨ ਕੋਈ ਵੀ ਸਿਟੀਜ਼ਨ ਆਫ ਇੰਡੀਆ ਜੀ ਦੀ ਇਨਫੋਰਮੇਸ਼ਨ ਰਿਲੇਟਿਡ RTI ਰਿਲੇਟਿਡ ਡਿਮਾਂਡ ਜਿਹੜੀਆਂ ਪੂਰੀਆਂ ਨਹੀਂ ਹੋ ਸਕਦੀਆਂ ਉਹ ਇਨਫੋਰਮੇਸ਼ਨ ਕਮਿਸ਼ਨ ਵਿੱਚ ਕੇਸ ਫਾਈਲ ਕਰ ਸਕਦਾ ਹੈ ਰਾਈਟ ਹੁਣ ਅਗਰ ਕੋਈ ਕਹਿੰਦਾ ਜਿਵੇਂ ਮੈਂ ਕਹਾਂ ਕਿ ਮੈਂਨੇ ਪੀਪੀਐਸਸੀ ਤੋਂ ਆਪਦੀ ਇਨਫੋਰਮੇਸ਼ਨ ਮੰਗੀ ਸੀ ਸ਼ੀਟਸ ਮੰਗੀਆਂ ਸੀ ਲੈਟਸ ਸੇ ਆਮ ਦੇ ਆਰ ਨਾਟ ਪ੍ਰੋਵਾਈਡਿੰਗ ਮੀ ਦ ਸ਼ੀਟਸ ਤਾਂ ਮੈਂ पीएसआई यानी कि पंजाब स्टेट इंफॉर्मेशन कमीशन को जाके गुहार टाइप्स लगा सकती हैं दे विल हैल्प मी गैट दिस इन्फोरमेसन या फिर मैं कह कि इन्होंने मेरे तो फीस एक्सट्रा चार्ज की है लैट से दस रुपये फीस होनी चाहिए स बट दे आर asking मी दे आर डिमांडिंग हंड्रेड रुपीज़ फॉर मी मैं अगेन स्टेट इंफॉर्मेशन कमीशन को जा सकती हैं तो इस न इस तरीके के कोई भी मैटर्स इनफोरमे रिलेटिड कोई भी इशू किसी भी ਸਿਟੀਜ਼ਨ ਨੂੰ ਕਿਸੇ ਵੀ ਬੰਦੇ ਨੂੰ ਫੇਸ ਕਰਨਾ ਪੈਂਦਾ ਹੈ ਸਟੇਟ ਦੇ ਵਿੱਚ ਤਾਂ ਇਹ ਜਿਹੜੀ ਬਾਡੀ ਹੈ ਉਹ ਗ੍ਰੇਵਿਅੰਸ ਰਿਡਰੈਸਲ ਮੈਕੈਨਿਜ਼ਮ ਦੀ ਤਰ੍ਹਾਂ ਐਕਟ ਕਰੇਗੀ ரைਟ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਕਨਫਿਡੈਂਸ਼ੀਅਲ ਨਾਨ ਕਨਫਿਡੈਂਸ਼ੀਅਲ ਇਸ ਬਾਡੀ ਕੋਲ ਹੋ ਸਕਦੀ ਹੈ ਉਹ ਲੈ ਸਕਦੇ ਨੇ ਸੂਓ ਮੋਟੋ ਵੀ ਕੋਈ ਵੀ ਕੇਸ ਚੱਕ ਸਕਦੇ ਨੇ ਸੂਓ ਮੋਟੋ ਮਤਲਬ ਖੁਦ ਜਿਵੇਂ ਸਮਝ ਲਓ ਨਿਊਜ਼ਪੇਪਰ ਚੋਂ ਪੜ੍ਹ ਕੇ ਕੋਈ ਵੀ ਇਨਫੋਰਮੇਸ਼ਨ ਨਾਲ ਰਿਲੇਟਿਡ ਕੇਸੇ ਚੱਕ ਸਕਦੇ ਨੇ राइट एंड फाइनली इनने एनुअल रिपोर्ट्स ਵੀ ਪ੍ਰੇਜ਼ੈਂਟ ਕਰਨੀਆਂ ਹੁੰਦੀਆਂ ਸਟੇਟ ਲੈਜਿਸਲੇਚਰ ਵਿੱਚ ਕਿ ਕਿਵੇਂ ਇਨਫੋਰਮੇਸ਼ਨ ਦਾ ਐਟਮੋਸਫੇਅਰ ਚੱਲ ਰਿਹਾ ਹੈ ਆਰਟੀਆਈ ਐਕਟ ਦੀ ਇੰਪਲੀਮੈਂਟੇਸ਼ਨ ਕਿਵੇਂ ਚੱਲ ਰਹੀ ਹੈ ਗ੍ਰਿਵਾਂਸਿਸ ਜਿਹੜੇ ਐਡਰੈਸ ਹੋ ਰਹੇ ਹੈ ਜਾਂ ਨਹੀਂ রাইਟ ਤਾਂ ਇਸ ਬਾਡੀ ਨੇ ਐਨੂਅਲ ਰਿਪੋਰਟ ਵੀ ਪ੍ਰੇਜ਼ੈਂਟ ਕਰਨੀ ਹੁੰਦੀ ਹੈ রাইਟ ਇਹ ਬੇਸਿਕਸ ਜਿਹਾ ਡਿਟੇਲਸ ਨੇ ਇਹਦੇ ਬਾਰੇ ਇਸ ਪ੍ਰੀਲੀਮਸ ਤੇ ਵੀ ਕੁਐਸਚਨ ਆ ਸਕਦਾ ਹੈ ਮੇਨਸ ਚ ਵੀ ਸਬਜੈਕਟਿਵ ਟਾਈਪ ਕੁਐਸਚਨ ਆ ਸਕਦਾ ਹੈ ਇਸ ਲਈ ਇਹ ਬੇਸਿਕ ਇਨਫੋਰਮੇਸ਼ਨ ਜਿਹੜੀ ਹੈ ਯਾਦ ਰੱਖਣ ਦੀ ਕੋਸ਼ਿਸ਼ ਕਰੋ ਰਾਈਟ ਨੈਕਸਟ ਇੰਪੋਰਟੈਂਟ ਟਾਪਿਕ ਹੈ گورنر ਡਿਊਟੀ ਬౌండ్ ਟੂ ਐਕਟ ਓਨ ਦੀ ਕੈਬਨਿਟ ਐਡਵਾਈਸ ਦੇਖੋ ਤੁਸੀਂ ਰੀਸੈਂਟਲੀ ਨਿਊਜ਼ 'ਚ ਦੇਖ ਰਹੇ ਹੋਵੋਗੇ ਪੰਜਾਬ ਦੇ ਗਵਰنر ਤੇ ਪੰਜਾਬ ਦੇ ਸੀਐਮ ਵਿੱਚ ਕੁਝ ਸਕਫਲ ਟਾਈਪਸ ਚੱਲ ਰਹੀ ਹੈ ਕੈਮ ਦਾ ਮਤਲਬ ਹੈ ਥੋੜੀ ਕਹਾ ਸੁਣੀ ਚੱਲ ਰਹੀ ਹੈ ਕਿਉਂ ਕਿ ਸੀਐਮ ਜਾਂ ਪੰਜਾਬ ਗਵਰਨਮੈਂਟ ਨੇ ਕਿਆ ਹੋਣਾ ਹੈ ਕਿ ਬਜਟ ਸੈਸ਼ਨ ਬੁਲਾਇਆ ਜਾਵੇ ਪੰਜਾਬ ਦਾ ਤਾਂ ਕਿ ਬਜਟ ਪ੍ਰੈਜੈਂਟ ਕੀਤਾ ਜਾ ਸਕੇ ਬਟ ਗਵਰਨਰ ਜਿਹੜੇ ਆ ਉਹ ਬਜਟ ਸੈਸ਼ਨ ਲਈ ਕੋਈ ਡੇਟ ਨਹੀਂ ਰੱਖ ਰਹੇ ਸੀ ਪਹਿਲਾਂ ਰਾਈਟ ਤਾਂ ਇਹ ਦੇਖੋ ਪੋਲੀਟੀਕਲ ਡਿਬੇਟ ਜੀ ਚਲਦੀ ਹੀ ਰਹਿੰਦੀ ਆ ਉਸ ਤੋਂ ਆਪਾਂ ਨੂੰ ਕੋਈ ਜ਼ਿਆਦਾ ਮਤਲਬ ਨਹੀਂ ਹੈਗਾ ਆਪਣੇ ਲਈ ਇਹ ਇਸ نیوز ਵਿੱਚ ਇੰਪੋਰਟੈਂਟ ਹੈ ਆਹ ਦੋ ਆਰਟੀਕਲਸ ਰਾਈਟ ਆਰਟੀਕਲ 174 ਕਹਿੰਦਾ ਹੈ ਕਿ ਜਿਹੜਾ ਗਵਰਨਰ ਹੈ ਜਿਹੜਾ ਗਵਰਨਰ ਇੱਕ ਸਟੇਟ ਚ ਹੁੰਦਾ ਹੈ ਇਟ ਹੈਸ ਟੂ ਆਲਵੇਜ਼ ਐਕਟ ਔਨ ਦੀ ਏਡ ਐਂਡ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰਸ ਠੀਕ ਹੈ ਸੀਐਮ ਸੀਐਮ ਦੀ ਕਾਉਂਸਲ ਆਫ ਮਿਨਿਸਟਰਸ ਜਿਹੜੀ ਹੈ ਹਰ ਸਟੇਟ ਵਿੱਚ ਐਸਟੈਬਲਿਸ਼ਡ ਹੈ ਤਾਂ ਇਹਨਾਂ ਦੀ ਐਡਵਾਈਸ ਤੇ ਗਵਰਨਰ ਜਿਹੜਾ ਹੈ ਕੰਮ ਕਰੂਗਾ ਗਵਰਨਰ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ ਇਹ ਕਨਸਟੀਟਿਊਸ਼ਨਲ ਆਰਟੀਕਲ 174 ਵਿੱਚ ਲਿਖਿਆ ਗਿਆ ਹੈ ਰਾਈਟ ਸੋ ਗਵਰਨਰ ਸ਼ੁੱਡ ਰਿਸਪੈਕਟ ਦਿਸ ਆਰਟੀਕਲ ਤੇ ਉਸ ਤੋਂ ਬਾਅਦ सीएम ਦੀ ਵੀ ਰਿਸਪੌਂਸਿਬਿਲਟੀ ਹੈ ਅੰਡਰ ਆਰਟੀਕਲ 167 ਕਿ ਗਵਰਨਰ ਅਗਰ ਕੋਈ ਵੀ ਇਨਫੋਰਮੇਸ਼ਨ सीएम ਤੋਂ ਮੰਗੇ ਤਾਂ ਉਹ ਸਾਰੀ ਇਨਫੋਰਮੇਸ਼ਨ सीएम ਗਵਰਨਰ ਤੱਕ ਪਹੁੰਚਾਵੇ ਰਾਈਟ ਸੋ ਇਹ ਦੋਨੋਂ ਆਰਟੀਕਲ ਯਾਦ ਰੱਖੋ ਇਹਨਾਂ ਤੇ ਕੁਐਸਚਨ ਆ ਸਕਦੇ ਹੈ ਕਾਰਰਸਪੋਂਡਿੰਗ ਆਰਟੀਕਲ ਸੈਂਟਰਲ ਲੈਵਲ ਤੇ ਵੀ ਹੈ ਰਾਈਟ ਇਹ ਆਰਟੀਕਲ 78 ਅਗਰ ਤੁਸੀਂ ਦੇਖੋ ਉਸ 'ਚ ਵੀ ਲਿਖਿਆ ਗਿਆ ਹੈ ਕਿ ਜਿਹੜਾ ਆਪਣਾ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਸਾਰੀ ਇਨਫੋਰਮੇਸ਼ਨ ਫਰਨਿਸ਼ ਕਰਨੀ ਹੈ ਰਾਈਟ ਤਾਂ ਇਸ ਤਰੀਕੇ ਨਾਲ ਇੱਥੇ ਆਰਟੀਕਲ 75 ਹੈ ਰਾਈਟ ਹੈ ਤੁਸੀਂ ਸੈਂਟਰ ਦੇ ਰਿਲੇਟਡ ਪੜਿਆ ਹੋਣਾ ਹੈ ਇਹ ਸਟੇਟ ਦੇ ਨਾਲ ਰਿਲੇਟਡ ਟੂ ਇੰਪੋਰਟੈਂਟ ਆਰਟੀਕਲਸ ਹੈ ਜਿਹੜੇ ਆਪਾਂ ਯਾਦ ਰੱਖਣੇ ਹਨ ਰਾਈਟ ਦੈਨ ਪੰਜਾਬ ਦੇ ਗਵਰਨਰ ਤੇ ਵੀ ਕੁਐਸਚਨ ਆ ਸਕਦਾ ਹੈ ਤਾਂ ਆਪਣੇ ਲੇਟੈਸਟ ਗਵਰਨਰ ਹੁਣ ਕੌਣ ਨੇ ਇਹਨਾਂ ਦੀ ਇਮੇਜ ਜਿਹੜੀ ਤੁਸੀਂ ਦੇਖ ਰਹੇ ਹੋ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਇਹ ਪੰਜਾਬ ਦੇ ਗਵਰਨਰ ਹੈ ਕੰਰੰਟਲੀ ਤੇ ਚੰਡੀਗੜ੍ਹ ਯੂਟੀ ਦੇ ਐਡਮਿਨਿਸਟਰेटर ਵੀ ਨੇ ரைਟ ਦੋਨੋਂ ਫੈਕਟਸ ਯਾਦ ਰੱਖਣੇ ਹਨ ਯੂਟੀਆਂ ਤੁਹਾਨੂੰ ਪਤਾ ਹੈ ਐਡਮਿਨਿਸਟਰਟਰਸ ਜਿਹੜੇ ਹੈ ਐਡਮਿਨਿਸਟਰेटर ਗਵਰਨਰ ਜਾਂ ਲਿਊਟੇਨੈਂਟ ਗਵਰਨਰ ਜਿਹੜਾ ਹੁੰਦਾ ਹੈ ਜਿਵੇਂ ਦਿੱਲੀ 'ਚ ਲਿਊਟੇਨੈਂਟ ਗਵਰਨਰ ਹੈ ਉਹ ਇਹਨਾਂ ਨੂੰ ਐਡਮਿਨਿਸਟਰ ਕਰਦੇ ਨੇ राइट एज़ अ पॉलिटी दे बेसिक्स है मे बी ਤੁਹਾਨੂੰ ਥੋੜਾ ਸਮਝਣ ਚ ਇਸ਼ੂ ਆ ਰਿਹਾ ਹੋਵੇ ਓਨਲੀ ਇਫ ਯੂ ਹੈਵਨਟ ਕੰਪਲੀਟਡ ਪਾਲਿਟੀ ਹਜੇ ਤੱਕ ਤਾਂ ਥੋੜਾ ਇਹ ਸਮਝਣ ਚ ਇਸ਼ੂ ਆਏਗਾ ਅਦਰਵਾਇਜ਼ ਸਬ ਪਾਲਿਟੀ ਦੀ ਬੇਸਿਕ ਟਰਮਸ ਹੈ राइट ਕੰਪਲੀਟ ਯੋਰ ਪਾਲਿਟੀ ਸਿਲੇਬਸ ਫਿਰ ਇਹ ਸਭ ਕੁਝ ਆਪਣੇ ਆਪ ਸਮਝ ਆ ਜਾਏਗਾ ਬਸ ਇਹ ਇੰਪੋਰਟੈਂਟ ਆਰਟੀਕਲਸ ਐਂਡ ਨਿਊਜ਼ ਚ ਇਸੇ ਲਈ ਆਪਾਂ ਰਿਵਾਈਜ਼ ਕਰ ਰਹੇ ਹਾਂ ਇੱਥੇ ਹੋਰ ਕੁਝ ਨਹੀਂ राइट ਨੈਕਸਟ ਪੰਜਾਬ ਗਵਰਨਮੈਂਟ ਪਲੈਨਿੰਗ ਟੂ ਟੇਕ 40 ਸਿਟੀਜ਼ਨ ਸੈਂਟ੍ਰਿਕ ਸਰਵਿਸਿਜ਼ ਸੋ ਉਹਨੂੰ ਪਤਾ ਹੀ ਹੈ ਕਿ ਦਿੱਲੀ ਵਿੱਚ ਵੀ ਜਦ ਆਪ ਗਵਰਨਮੈਂਟ ਸੀਈਓ ਨੇ ਡੋਰ ਸਟੈਪ ਡਿਲੀਵਰੀ ਡੋਰ ਸਟੈਪ ਡਿਲੀਵਰੀ ਆਫ ਗਵਰਨਮੈਂਟ ਸਰਵਿਸਿਜ਼ ਦਿਵਾਲੀ ਸਕੀਮ ਚਲਾਈ ਸੀ ਇਸੇ ਤਰੀਕੇ ਨਾਲ ਹੁਣ ਪੰਜਾਬ ਵਿੱਚ ਵੀ ਸਰਕਾਰ ਤੁਹਾਡੇ ਦਰਵਾਜ਼ਾ ਸਰਕਾਰ ਤੁਹਾਡੇ ਦਵਾਰ ਸਕੀਮ ਜਿਹੜੀ ਹੈ ਇਹ ਗਵਰਨਮੈਂਟ ਚਲਾ ਰਹੀ ਹੈ ਸਰਕਾਰ ਤੁਹਾਡੇ ਦਵਾਰ ਰਾਈਟ ਇਸ ਦੇ ਅੰਡਰ ਇਹ ਕੀਤਾ ਜਾਏਗਾ ਕਿ ਪੰਜਾਬ ਗਵਰਨਮੈਂਟ ਦੀਆਂ ਜਿਹੜੀਆਂ ਸਰਵਿਸਿਜ਼ ਹੈ ਉਹ ਸਿਟੀਜ਼ਨਸ ਨੂੰ ਡੋਰ ਸਟੈਪਸ ਤੇ ਮਿਲਿਆ ਕਰਨੀਆਂ ਜਿਵੇਂ ਲੈਟਸ ਸੁਪੋਜ਼ ਜਸਟ ਅ ਹਾਈਪੋਥੈਟিক্যাল ਐਗਜ਼ਾਮਪਲ ਕਿ ਤੁਹਾਡਾ ਬਰਥ ਸਰਟੀਫਿਕੇਟ ਜਿਹੜਾ ਹੈ ਤੁਸੀਂ ਬਣਨ ਲਈ ਦਿੱਤਾ ਹੋਇਆ ਹੈ ਆਪਦੇ ਬੱਚੇ ਦਾ ਤੇ ਉਹ ਤੁਹਾਡੇ ਘਰੇ ਹੁਣ ਡਿਲੀਵਰ ਕੀਤਾ ਜਾਏਗਾ ਤੁਹਾਨੂੰ ਯੂ نو ਹਰ ਗਵਰਨਮੈਂਟ ਡਿਪਾਰਟਮੈਂਟs 'ਚ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਪੈਣੀ ਹੈ ਡੋਰ ਸਟੈਪ ਡਿਲੀਵਰੀ ਹੋਊਗੀ ਉਹ ਸਰਟੀਫਿਕੇਟ ਦੀ ਰਾਈਟ ਇਸ ਤਰੀਕੇ ਦੀ ਕੁਝ ਸਰਵਿਸਿਜ਼ ਜਿਹੜੀਆਂ ਹੈ ਐਪ ਦੇ ਥਰੂ ਸਿਟੀਜ਼ਨਸ ਨੂੰ ਦਿੱਤੀਆਂ ਜਾਣਗੀਆਂ ਰਾਈਟ ਇਹ ਸਰਵਿਸ ਡਿਲੀਵਰੀ ਅਪਰੋਚ ਵੀ ਇਹਨੂੰ ਕਿਹਾ ਜਾਂਦਾ ਹੈ ਅਗਰ ਤੁਸੀਂ ਗਵਰਨੈਂਸ ਜਦੋਂ ਤੁਸੀਂ ਥੋੜਾ ਬਹੁਤ ਪੜੋਗੇ ਉਸ ਚ ਪਤਾ ਚੱਲੇਗਾ ਸਿਟੀਜ਼ਨ ਚਾਰਟਰ ਅਗੇਨ ਜੀਐਸ2 ਗਵਰਨੈਂਸ ਦਾ ਜਿਹੜਾ ਬਹੁਤ ਇੰਪੋਰਟੈਂਟ ਪਾਰਟ ਹੈ ਇਹ ਵੀ ਇਸ ਹੀ ਆਈਡੀਆ ਤੇ ਬੇਸਡ ਹੈ ਥੈਟ ਸਿਟੀਜ਼ਨ ਇਜ਼ ਦੀ ਕਿੰਗ ਐਂਡ ਦੀ ਗਵਰਨਮੈਂਟ ਨੀਡਸ ਟੂ ਪ੍ਰੋਵਾਈਡ ਸਰਵਿਸਿਜ਼ ਟੂ ਦੀ ਸਿਟੀਜ਼ਨ ਇਨ ਅ ਟਾਈਮਲੀ ਕੁਆਲਿਟੀ ਮੈਨਰ ਰਾਈਟ ਇਹ ਇਸ ਨਾਲ ਹੀ ریلیਟਡ ਹੈ ਲਿੰਕ ਕਰਕੇ ਤੁਸੀਂ ਆਨਸਰਸ ਲਿਖ ਸਕਦੇ ਹੋ ਅਗੇਨ ਤੁਸੀਂ ਅਗਰ ਗਵਰਨੈਂਸ ਦਾ ਟਾਪਿਕ ਕੰਪਲੀਟ ਕਰ ਲਿਆ ਹੈ ਤਾਂ ਤੁਹਾਨੂੰ ਇਹ ਸਮਝ ਆਣਗੇ ਅਦਰਵਾਈਜ਼ ਥੋੜੀ ਦਿੱਕਤ ਹੋ ਸਕਦੀ ਹੈ ਇਸ ਸਮਝਣ ਚ ਰਾਈਟ ਇਫ ਯੂ ਵਾਂਟ ਮੀ ਟੂ ਮੇਕ ਐਨੀ ਆਫ ਯੋਰ ਯੂ نو ਕੋਰਸਸ ریلیਟਡ ਟੂ ਗਵਰਨੈਂਸ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਆਈਲ ਟ੍ਰਾਈ ਟੂ ਹੈਲਪ ਯੂ ਆਊਟ ਵਿਦ दैट ਪਾਰਟ ਆਲਸੋ ਰਾਈਟ ਨੈਕਸਟ ਟਾਪਿਕ ਇੰਡੀਆ ਐਕਸਪੀਰੀਂਸਡ ਵਾਰਮਸਟ ਫਿਬਰਰੀ ਥਿਸ ਈਅਰ IMD राइट ਇਹ ਡਾਟਾ ਹੈ ਬਹੁਤ ਹੀ ਇੰਪੋਰਟੈਂਟ ਹੈ ਆਪਦੇ ਕੋਲ ਲਿਖ ਕੇ ਰੱਖੋ ਆਨਸਰਸ ਜਿਹੜੇ ਐਸਐਸ ਜਿਹੜੇ ਰਿਲੇਟਡ ਟੂ ਕਲਾਈਮੇਟ ਚੇਂਜ ਰਿਲੇਟਡ ਟੂ ਐਗਰੀਕਲਚਰ ਤੇ ਰਾਈジング ਇੰਪੈਕਟਸ ਆਫ ਕਲਾਈਮੇਟ ਚੇਂਜ ਔਨ ਐਗਰੀਕਲਚਰ ਉਸ ਨੂੰ ਤੁਸੀਂ ਇਹ ਡਾਟਾ ਯੂਜ਼ ਕਰ ਸਕਦੇ ਹੋ राइट ਹੁਣ IMD ਨੇ ਕਿਹਾ ਹੈ ਕਿ ਇਸ ਸਾਲ ਆਪਾ ਵਾਰਮਸਟ ਫ फेब्रुवारी ਦਾ ਮਹੀਨਾ ਦੇਖਿਆ ਹੈ ਸਿንስ 1877 1877 ਚ ਇੰਨਾ ਗਰਮੀ ਹੋਣੀ ਹੈ ਫ फेब्रुवारी ਚ ਜਿਹੜੀ ਕਿ ਅੱਜ ਵੀ ਵਿਟਨੈਸ ਕੀਤੀ ਗਈ ਹੈ दैट जस्ट ਸ਼ੋਜ਼ ਕਿ ਕਿਵੇਂ ਟੈਂਪਰੇਚਰ ਜਿਹੜੇ ਹੈ ਕਾਫੀ ਐਕਸਟ੍ਰੀਮ ਹੁੰਦੇ ਜਾ ਰਹੇ ਨੇ ਤੇ ਕਾਫੀ ਤਰੀਕਿਆਂ ਨਾਲ ਹਿਊਮਨਸ ਨੂੰ ਇੰਪੈਕਟ ਕਰਨਗੇ ਐਗਰੀਕਲਚਰ ਨੂੰ ਇੰਪੈਕਟ ਕਰਨਗੇ ਸਾਡੀ ਹਿਊਮਨ ਹੈਲਥ ਨੂੰ ਇੰਪੈਕਟ ਕਰਨਗੇ ਵਾਟਰ ਅਵੇਲੇਬਿਲਟੀ ਨੂੰ ਇੰਪੈਕਟ ਕਰਨਗੇ ਵਾਟਰ ਸਕਾਰਸਟੀ ਜਿਹੇ ਜਿਹੇ ਇਸ਼ੂਜ਼ ਰੇਜ਼ ਹੋਣਗੇ ਵਾਟਰ ਸਕਾਰਸਟੀ ਹੁੰਦੀ ਹੈ ਤਾਂ ਲੋਕਾਂ 'ਚ ਲੜਾਈਆਂ ਹੁੰਦੀਆਂ ਹਨ ਇੰਟਰ ਸਟੇਟ ਵਾਟਰ ਡਿਸਪਿਊਟਸ ਹੁੰਦੇ ਨੇ ਇੰਟਰ ਨੈਸ਼ਨਲ ਵਾਟਰ ਡਿਸਪਿਊਟਸ ਹੁੰਦੇ ਨੇ राइट ए राइजिंग टेंपरेचर ਤੇ ਬਹੁਤ ਜ਼ਿਆਦਾ ਇੰਪੈਕਟਸ ਹੁੰਦੇ ਨੇ ਇਕਨੋਮਿਕ ਪੋਲੀਟੀਕਲ ਸੋਸ਼ਲ ਇੰਟਰਨੈਸ਼ਨਲ ਬਹੁਤ ਹੀ ਜ਼ਿਆਦਾ ਇੰਪੈਕਟਸ ਹਰ ਸੈਕਟਰ ਸੈਕਸ ਤੁਸੀਂ ਕਹਿ ਸਕਦੇ ਹੋ ਸੈਕਸ਼ਨ ਚ ਸੈਕਟਰ ਚ ਇਹਦੇ ਇੰਪੈਕਟਸ ਹੋਣਗੇ ਫਲੋਰਾ ਤੇ ਫੋਨਾ ਵੀ ਸਾਡੀ ਇੰਪੈਕਟ ਹੋਊ ਜਿਵੇਂ ਜਿਵੇਂ ਪਾਣੀ ਘਟੂਗਾ ਤੇ ਗਰਮੀ ਵਧੂਗੀ राइट ਇਸ ਤਰੀਕੇ ਨਾਲ ਐਸੈਸ ਚ ਤੁਸੀਂ ਹਰ ਪਰਸਪੈਕਟਿਵ ਤੋਂ ਐਸੇ ਵੀ ਲਿਖਣਾ ਹੁੰਦਾ ਹੈ ਆਮ ਜਸਟ ਗਿਵਿੰਗ ਯੂ ਐਨ ਐਗਜ਼ਾਮਪਲ ਉਹਨਾਂ ਵਿੱਚ ਹੀ ਤੁਸੀਂ ਇਹ ਡਾਟਾ ਵੀ ਯੂਜ਼ ਕਰਦੇ ਹੋ राइट दैट इज़ हाउ यू हैव टू कवर इट नेक्स्ट इंडिया इंडियन स्टेट्स एनर्जी ट्रांजिशन रिपोर्ट राइट एक नवी रिपोर्ट आई है जिड़ी कि दस रही है कि किमें इंडिया की स्टेट्स जड़िया है रिन्यूएबल एनर्जी के तरीके नल, दी तरफ बद रही ने कि क्या स्टेटस है हर स्टेट का राइट right, पहला तो यह रिपोर्ट की बेसिक इन्फोरमेन कर हैं रिपोर्ट प्रजेंट किने की है इंस्टीट्यूट फॉर एनर्जी इकनॉमिकस एंड फाइनैशियल एनालिसिस एस ਕਮਿਸ਼ਨ ਪਲੱਸ ਐmber ਇਹ ਦੋ ਇੰਸਟੀਟਿਊਸ਼ਨਸ ਨੇ ਮਿਲ ਕੇ ਰਿਪੋਰਟ ਪ੍ਰੈਜ਼ੈਂਟ ਕੀਤੀ ਹੈ ਇਹ ਕਹਿ ਰਹੇ ਨੇ ਕਿ ਇੰਡੀਅਨ ਸਟੇਟਸ ਵਿੱਚੋਂ ਕਰਨਾਟਕਾ ਤੇ ਗੁਜਰਾਤ ਜਿਹੜਾ ਹੈ ਕਾਫੀ ਅੱਛੀਆਂ ਕਰ ਰਹੀਆਂ ਹਨ ਕਰਨਾਟਕਾ ਸਭ ਤੋਂ ਅੱਗੇ ਹੈ એનર્ਜੀ ਟਰਾਂਜੀਸ਼ਨ ਵਿੱਚ ਠੀਕ ਹੈ ਜੀ ਇੱਥੇ ਕਲੀਨ એનર્ਜੀ ਕਲੀਨ ਲਿਵਿੰਗ ਬਲ ਜੋ ਸਟੈਪਸ ਲਿੱਤੇ ਗਏ ਨੇ ਉਹ ਸਭ ਤੋਂ ਜ਼ਿਆਦਾ ਬੈਸਟ ਨੇ ਤੁਸੀਂ ਕਹਿ ਸਕਦੇ ਹੋ ਪੂਰੇ ਇੰਡੀਆ ਵਿੱਚ ਰਾਈਟ ਹੁਣ ਰਿਪੋਰਟ ਚਾਰ ਪੈਰਾਮੀਟਰਸ ਤੇ ਪਰਫਾਰਮੈਂਸ ਜਿਹੜੀ ਹੈ ਅਸੈਸ ਕਰ ਰਹੀ ਹੈ ਹਰ ਸਟੇਟ ਦੀ ਉਹ ਚਾਰ ਪੈਰਾਮੀਟਰਸ ਤੋਂ ਤੁਸੀਂ ਕਿਵੇਂ ਯਾਦ ਕਰ ਸਕਦੇ ਹੋ ਪੀ ਪ੍ਰਾਡਾ ਨਾਮ ਤੋਂ ਯਾਦ ਕਰ ਸਕਦੇ ਹੋ ਏ ਏ ਨਾਟ ਇਨਕਲੂਡਿਡ ਪੀ ਪ੍ਰਾਡਾ ਪ੍ਰਾਡਾ ਤੁਹਾਨੂੰ ਪਤਾ ਹੀ ਹੈ ਵੱਡਾ ਬ੍ਰਾਂਡ ਹੈ ਸਭ ਨੂੰ ਹੀ ਪਤਾ ਹੋਣਾ ਹੈ ਰਾਈਟ ਸੋ ਪੋਲਿਸੀਜ਼ ਐਂਡ ਪੋਲਿਟੀਕਲ ਕਮਿਟਮੈਂਟਸ ਕੀ ਪੋਲਿਟੀਕਲ ਲੈਵਲ ਤੇ ਕਿਸ ਤਰੀਕੇ ਦੀ ਪੋਲਿਸੀਜ਼ ਗਵਰਨਮੈਂਟਸ ਜਿਹੜੀਆਂ ਸਟੇਟ ਗਵਰਨਮੈਂਟਸ ਬਣਾ ਰਹੀਆਂ ਨੇ ਟੂ 무ਵ ਟੂਵਰਡਸ ਕਲੀਨ એનર્ਜੀ ਠੀਕ ਹੈ ਰਿਪੋਰਟ ਸਾਰੀ ਇਹ ਸਟੇਟਸ ਦੀ ਪਰਫਾਰਮੈਂਸ ਇਨ 무ਵਿੰਗ ਟੁਵਰਡਸ ਕਲੀਨ એનર્ਜੀ ਇਹ ਅਸੈਸ ਕਰ ਰਹੀ ਹੈ ਰਾਈਟ ਉਹਦੇ ਲਈ ਇਹਨਾਂ ਨੇ ਚਾਰ ਪੈਰਾਮੀਟਰਸ ਯੂਜ਼ ਕੀਤੇ ਹਨ ਪਹਿਲਾਂ ਤਾਂ ਕਿ ਸਟੇਟ ਗਵਰਨਮੈਂਟ ਦੀ ਪੋਲਿਟੀਕਲ ਕਮਿਟਮੈਂਟ ਕਿੰਨੀ ਸਟਰੋਂਗ ਹੈ ਟੂ ਗੋ ਟੁਵਰਡਸ ਕਲੀਨ એનર્ਜੀ ਰਾਈਟ ਉਹ ਤੋਂ ਬਾਅਦ ਪਰਫਾਰਮੈਂਸ ਔਫ ਪਾਵਰ ਸਿਸਟਮ ਚੈੱਕ ਕਰਨਗੇ ਕਿ ਇਹਨਾਂ ਸਟੇਟ ਵਿੱਚ ਜਿਹੜੇ ਪਾਵਰ ਇਲੈਕਟ੍ਰਿਸਿਟੀ ਵਗੈਰਾ ਸਿਸਟਮ ਹੈ ਉਹ ਕਿਸ ਤਰੀਕੇ ਨਾਲ ਵਰਕ ਕਰ ਰਿਹਾ ਹੈ ਰੈਡੀਨੈਸ ਕਹਜੀ ਹੈ ਕਿ ਸਟੇਟ ਵਿੱਚ ਗ੍ਰੀਨ એનર્ਜੀ ਵੱਲ ਟਰਾਂਜੀਸ਼ਨ ਕਰਨ ਲਈ ਰਿਸੋਰਸਸ ਹੈ इकोसिस्टम ਹੈ ਇਨਫਰਾਸਟ੍ਰਕਚਰ ਹੈ ਜਾਂ ਨਹੀਂ ਤਾਂ ਉਸ ਰੈਡੀਨੈਸ ਨੂੰ ਵੀ ਅਸੈਸ ਕੀਤਾ ਗਿਆ ਹੈ ਤੇ ਡੀਕਾਰਬੋਨਾਈਜ਼ੇਸ਼ਨ ਵੱਲ ਕਿੰਨਾ ਐਫਰਟ ਸਟੇਟ ਕਰ ਰਹੀ ਹੈ ਉਸ ਨੂੰ ਵੀ ਇਸ ਰਿਪੋਰਟ ਵਿੱਚ ਚੈੱਕ ਕਰਨ ਲਈ पैरामीटर दरीके यूज़ किया गया है राइट right? ज़्यादा डिटेल्स करन दी लोड नहीं है, थोड़ी जी पॉसिबिलिटी है कि रिपोर्ट बारे पूछा जा सके तो एक याद करना चाहते हो इनफोरमे ये इनफोरमेसन याद कर सकते हो राइट, ठीक है पंजाब बारे कुछ स्पेसिफिक uh, डेटा आया है ये रिपोर्ट कहती है कि पंजाब ने जिनी पंजाब की कपैसिटी है क्लीन एनर्जी या यू नो रिन्यूएबल एनर्जी uh, इंस्टॉल कर उस वि क्वार्टर ऑफ इट्स कपैसिटी वन फोर्थ या ट्वेंटी फाइव परसेंट ऑफ इट्स टोटल कपैसिटी ने इंस्टॉल कर दिती है ऑफ इट्स कपैसिटी ऑफ रिन्यूएबल एनर्जी जनरेशन इंस्टॉलेशन उस ट्वेंटी फाइव परसेंट इट हैज़ इंस्टॉल्ड Right? राइट well, uh, ए डाटा ਵੀ ਤੁਸੀਂ ਪੰਜਾਬ ਦੇ ਕੁਐਸਚਨਸ ਯੂਜ਼ ਕਰ ਸਕਦੇ ਹੋ ਕਿ ਕਿਵੇਂ ਪੰਜਾਬ ਗਵਰਨਮੈਂਟ ਜਿਹੜੀ ਹੈ ਕਲੀਨ એનર્ਜੀ ਰੀਨਿਊਏਬਲ એનર્ਜੀਵਲ ਪ੍ਰੋਗਰੈਸ ਕਰ ਰਹੀ ਹੈ ਤਾਂ ਇਹ ਡਾਟਾ ਕਹਿੰਦਾ ਹੈ ਕਿ 25% ਕਪੈਸਿਟੀ ਯੂਟिलाइजेशन ਹੀ ਆਪਾਂ ਹਜੇ ਤੱਕ ਕੀਤੀ ਹੈ ਥੋੜਾ ਹੋਰ ਐਫਰਟ ਕੀਤਾ ਜਾਵੇਗਾ ਤਾਂ ਪੰਜਾਬ ਹੋਰ ਅੱਗੇ ਜਾ ਸਕਦਾ ਹੈ ਜਦਕਿ ਆਪਣੀ ਨੇਬਰ ਸਟੇਟ ਤੁਸੀਂ ਦੇਖੋ ਹਰਿਆਣਾ ਉਹਦੀ ਲੋਏਸਟ ਇਨਸਟਾਲਡ ਕਪੈਸਿਟੀ ਹੈ ਰੀਨਿਊਏਬਲ એનર્ਜੀ ਦੀ राइट सो पंजाब इज़ डूइंग कंपैरेटिवली बैटर बट होर भी अगर अच्छा कर सकता है राइट नैक्सट न्यूज आइटम भारत गौरव ट्रेन टू शोकेस गुजरात राइट right? हूँ देखो गवर्नमेंट ने भारत गौरव स्कीम जी है लॉन्च की ट्वेंटी ट्वेंटी वन विइट एम क्या है पूरे इंडिया विच टूरिज्म बूस्ट करना टूरिस्ट अट्रैक्ट करना बाय यूजिंग थीम बेस्ड ट्रेन्स ਠੀਕ ਹੈ ਥੀਮ ਬੇਸਡ ਟ੍ਰੇਨ ਚ ਲਾਈਆਂ ਜਾਣਗੀਆਂ ਜਿਵੇਂ ਗੁਰੂ ਕਿਰਪਾ ਯਾਤਰਾ ਆਪਾਂ ਪਹਿਲਾਂ ਕੀਤੀ ਸੀ ਬੇਸਿਕਲੀ ਸਿੱਖ ਟੂਰਿਸਟਸ ਨੂੰ ਅਟਰੈਕਟ ਕਰਨ ਲਈ ਮੇਜਰ ਸਿੱਖ ਸ਼ਰਾਈਨਸ ਦੇ ਥਰੂ ਇੱਕ ਟ੍ਰੇਨ ਜਿਹੜੀ ਹੈ ਰਨ ਕਰੂਗੀ ਜਿਵੇਂ ਕਿ ਅੰਮ੍ਰਿਤਸਰ ਹੋ ਗਿਆ ਆਨੰਦਪੁਰ ਸਾਹਿਬ ਹੋ ਗਿਆ ਪੰਜ ਤਖਤ ਹੋ ਗਏ ਜਿੰਨੀ ਵੀ ਸਿੱਖੀਜ਼ਮ ਦੀ ਹਿਸਟੋਰੀਕਲ ਪਲੇਸਸ ਹੈ ਟੂਰਿਸਟ ਪਲੇਸਸ ਹੈ ਉਸ ਦੇ ਥਰੂ ਇੱਕ ਟ੍ਰੇਨ ਜਿਹੜੀ ਹੈ ਰਨ ਕਰੂਗੀ ਇਸ ਤਰੀਕੇ ਨਾਲ ਟੂਰਿਜ਼ਮ ਜਿਹੜਾ ਹੈ ਪ੍ਰੋਮੋਟ ਹੋਏਗਾ ਕਮਾਈ ਹੋਏਗੀ ਜੌਬ ਕ੍ਰੀਏਸ਼ਨ ਹੋਏਗੀ ਸਟੇਟਸ ਨੂੰ ਫਾਇਦਾ ਹੋਊ ਕੰਟਰੀ ਨੂੰ ਫਾਇਦਾ ਹੋਊ ਰਾਈਟ ਇਸ ਲਈ ਥੀਮ ਬੇਸਡ ਟ੍ਰੇਨਸ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਤੇ ਹੁਣ ਗਰਵੀ ਗੁਜਰਾਤ ਨੈਕਸਟ ਟ੍ਰੇਨ ਜਿਹੜੀ ਥੀਮ ਬੇਸਡ ਟ੍ਰੇਨ ਜਿਹੜੀ ਚਲਾਈ ਜਾ ਰਹੀ ਹੈ ਗਰਵੀ ਗੁਜਰਾਤ ਟੂ ਸ਼ੋਕੇਸ ਦੀ ਕਲਚਰਲ ਦੀ ਹੈਰੀਟੇਜ ਆਫ ਗੁਜਰਾਤ राइट right? गुरु कृपा यात्रा ਪਾ অলরেডি ਕਰ ਚੁੱਕੇ ਹਨ ਇਹ ਪੰਜਾਬ ਜਾਂ ਸਿੱਖ ਸਿੱਖਿਜ਼ਮ ਨਾਲ ਰਿਲੇਟਡ ਰੇਲ ਚਲਾਈ ਗਈ ਸੀ ਹੁਣ ਗਰਵੀ ਗੁਜਰਾਤ ਗੁਜਰਾਤ ਦੇ ਟੂਰਿਸਟ ਪਲੇਸਸ ਟੂਰਿਸਟ ਹੈਰੀਟੇਜ ਨੂੰ ਕਨੈਕਟ ਕਰਕੇ ਲੋਕਾਂ ਨੂੰ ਇਸ ਚ ਅਟਰੈਕਟ ਕਰਨਾ ਚਾਹ ਰਹੀ ਹੈ ਰਾਈਟ ਤਾਂ ਇਸ ਲਈ ਭਾਰਤ ਗੌਰਵ ਸਕੀਮ ਯਾਦ ਰੱਖੋ ਇਸ ਤੇ ਕੁਐਸਚਨ ਆ ਸਕਦਾ ਹੈ ਤੇ ਨਾਮ ਯਾਦ ਰੱਖੋ ਗਰਵੀ ਗੁਜਰਾਤ ਤੇ ਸਪੈਸ਼ਲੀ ਗੁਰੂ ਕਿਰਪਾ ਯਾਤਰਾ ਬਿਕੋਜ਼ ਦਿਸ ਇਜ਼ ਰਿਲੇਟਡ ਟੂ ਪੰਜਾਬ ਐਂਡ ਸਿੱਖਿਜ਼ਮ ਠੀਕ ਹੈ ਜੀ ਨੈਕਸਟ ਹੈ ਇੰਡੀਆ ਡੈਨਮਾਰਕ ਪਾਰਟਨਰਸ ਫॉर ਗ੍ਰੀਨ ਐਂਡ ਸਸਟੇਨੇਬਲ ਪ੍ਰੋਗਰੈਸ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦੱਸਿਆ ਹੈ ਕਿ ਇੰਡੀਆ ਤੇ ਯੂਰਪ ਦੀ ਜਦ ਵੀ ਗੱਲ ਆਏਗੀ ਤਾਂ ਰੀਨਿਊਏਬਲ એનર્ਜੀ ਜਾਂ ਸਸਟੇਨੇਬਲ ਡਿਵੈਲਪਮੈਂਟ ਤੇ ਜਾਂ ਗ੍ਰੀਨ ਪਾਰਟਨਰਸ਼ਿਪ ਤੇ ਕਾਫੀ ਫੋਕਸ ਕੀਤਾ ਜਾਂਦਾ ਹੈ ਠੀਕ ਹੈ ਯੂਰਪ ਜਿਹੜਾ ਹੈ ਬਹੁਤ ਹੀ ਕੌਨਸ਼ੀਅਸ ਹੈ ਓਨ ਇਟਸ ਕਾਰਬਨ ਫੂਟਪ੍ਰਿੰਟ ਇਹ ਕੰਟੀਨਿਊਸਲੀ ਕੋਸ਼ਿਸ਼ ਕਰ ਰਹੇ ਨੇ ਕਿ এনवायरमेंट ਪੋਲੂਸ਼ਨ ਦਾ ਡੀਕਾਰਬੋਨਾਈਜ਼ੇਸ਼ਨ ਵਗੈਰਾ ਜਲਦੀ ਤੋਂ ਜਲਦੀ ਅਚੀਵ ਕੀਤੀਆਂ ਜਾਣ ਤੇ ਇਹ ਬਾਕੀ ਕੰਟਰੀਜ਼ ਦੀ ਵੀ ਇਹ ਟਾਰਗੇਟਸ ਅਚੀਵ ਕਰਨ ਚ ਹੈਲਪ ਕਰ ਰਹੇ ਨੇ ਇਸੇ ਲਈ ਇੰਡੀਆ ਦੀ ਜਦ ਵੀ ਪਾਰਟਨਰਸ਼ਿਪ ਹੁੰਦੀ ਹੈ ਯੂਰਪ ਨਾਲ ਤੁਸੀਂ ਦੇਖੋਗੇ ਗ੍ਰੀਨ ਕੰਪੋਨੈਂਟ ਹਮੇਸ਼ਾ ਰਹਿੰਦਾ ਹੈ ਚਾਹੇ ਤੁਸੀਂ ਯੂਕੇ ਫਰਾਂਸ ਜਰਮਨੀ ਆਪਾਂ ਜਰਮਨੀ ਵੀ 2 ਦਿਨ ਪਹਿਲਾਂ ਡਿਸਕਸ ਕੀਤਾ ਸੀ ਹਰ ਯੂਰੋਪੀਅਨ ਕੰਟਰੀ ਨਾਲ ਅਗਰ ਤੁਸੀਂ ਦੇਖੋ ਇੰਡੀਆ ਦੀ ਗ੍ਰੀਨ ਸੈਕਟਰ ਵਿੱਚ ਗ੍ਰੀਨ ਡਿਵੈਲਪਮੈਂਟ ਵਿੱਚ ਕੋਆਪਰੇਸ਼ਨ ਇਨਾ ਕੰਟਰੀਜ਼ ਨਾਲ ਰਹੇਗੀ ਰਾਈਟ ਹੁਣ ਡੈਨਮਾਰਕ ਨਾਲ ਵੀ ਸੇਮ ਹੀ ਸਟੋਰੀ ਹੈ ਡੈਨਮਾਰਕ ਇਜ਼ ਅਨਦਰ ਯੂਰੋਪੀਅਨ ਕੰਟਰੀ ਤੇ ਡੈਨਮਾਰਕ ਨਾਲ ਵੀ ਇੰਡੀਆ ਦੀ ਗ੍ਰੀਨ ਸਟ੍ਰੈਟੇਜਿਕ ਪਾਰਟਨਰਸ਼ਿਪ ਹੈ ਬੇਸਿਕਲੀ ਫੋਕਸਿੰਗ ਔਨ ਕੋਆਪਰੇਸ਼ਨ ਬੀਟਵੀਨ ਦੀ ਟੂ ਕੰਟਰੀਜ਼ ਇਨ 3 ਏਰੀਆਜ਼ ਫਰਸਟ ਗ੍ਰੀਨ ਹਾਈਡਰੋਜਨ ਡਿਵੈਲਪਮੈਂਟ ਤੇਦੀ ਐਪਲੀਕੇਸ਼ਨਸ ਨੂੰ ਯੂਜ਼ ਕਰਨਾ ਰੀਨਿਊਏਬਲ એનર્ਜੀ ਕੋਆਪਰੇਸ਼ਨ ਥਰਡ ਵੇਸਟ ওয়াটার ਮੈਨੇਜਮੈਂਟ ਵਿੱਚ ਕੋਆਪਰੇਸ਼ਨ ਤਾਂ ਇਹ ਦੋਨੋਂ ਕੰਟਰੀਜ਼ ਗ੍ਰੀਨ ਸਟ੍ਰੈਟੈਜਿਕ ਪਾਰਟਨਰਸ਼ਿਪ ਦੇ ਅੰਡਰ ਇਹਨਾਂ ਤਿੰਨ ਮੇਜਰ ਸੈਕਟਰਸ ਵਿੱਚ ਕੋਆਪਰੇਟ ਕਰਨ ਲਈ ਟਾਰਗੇਟ ਕਰ ਰਹੀਆਂ ਨੇ ਰਾਈਟ ਇਹ अच्छा पॉइंट है इनु लिख के रखो ਤੁਸੀਂ এনवायरमेंट ਦੇ ਟਾਪਿਕਸ ਤੇ ਇੰਟਰਨੈਸ਼ਨਲ ਰਿਲੇਸ਼ਨਸ ਦੇ ਟਾਪਿਕਸ ਤੇ ਯੂਜ਼ ਕਰ ਸਕਦੇ ਹੋ এনवायरमेंट ਚ ਤੁਸੀਂ ਹਮੇਸ਼ਾ ਕਹਿ ਸਕਦੇ ਹੋ ਕਿ ਇਹ ਜੀ ਇੰਟਰਨੈਸ਼ਨਲ ਪਾਰਟਨਰਸ਼ਿਪਸ ਦੇ ਨਾਲ ਇੰਡੀਆ ਆਵਦੇ ਸਸਟੇਨੇਬਲ ਡਵੈਲਪਮੈਂਟ ਗੋਲਸ ਪੈरिस ਕਮਿਟਮੈਂਟਸ ਗ੍ਰੀਨ ਲਿਵਿੰਗ ਦੇ ਗੋਲਸ ਜਿਹੜੇ ਹੈ ਫੁੱਲਫਿਲ ਕਰ ਸਕਦੇ ਹਨ ਰਾਈਟ ਅੱਜ ਦੀ ਡਿਸਕਸ਼ਨ ਜਿਹੜੀ ਹੈ ਕਾਫੀ ਮੈਚਿਓਰਡ ਡਿਸਕਸ਼ਨ ਹੈ ਇਨ ਦੀ ਸੈਂਸ ਕਿ ਬੇਸਿਕ ਨੋਲੇਜ ਆਫ ਈਚ ਸਬਜੈਕਟ ਇਜ਼ ਰਿਕੁਆਇਰਡ ਫॉर ਯੂ ਟੂ ਅੰਡਰਸਟੈਂਡ ਅੱਜ ਦੇ ਟਾਪਿਕਸ ਠੀਕ ਹੈ ਜੀ ਇਸ ਲਈ ਥੋੜੀ ਮੈਨੂੰ ਲੱਗਦਾ ਤੁਹਾਨੂੰ ਡਿਫਿਕਲਟੀ ਆਏਗੀ ਇਹ ਸਮਝਣ ਵਿੱਚ ਓਨਲੀ ਬਿਕੋਜ਼ ਅਗਰ ਤੁਹਾਡੇ ਬੇਸਿਕਸ ਕਲੀਅਰ ਹੈ ਤਾਂ ਉਹਦੇ ਉੱਤੇ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਅੱਜ ਦੀ ਡਿਸਕਸ਼ਨ ਦੀ ਯੂਜ਼ ਕਰ ਸਕਦੇ ਹੋ ਰਾਈਟ ਤਾਂ ਜ਼ਿਆਦਾ ਕਬਰਾਂ ਦੀ ਗੱਲ ਨਹੀਂ ਹੈ ਇੱਕ ਵਾਰ ਡਾਕੂਮੈਂਟ ਵੀ ਪੜ੍ਹਿਓ ਤੁਸੀਂ ਤੁਹਾਨੂੰ ਹੋਰ ਕਲੈਰਿਟੀ ਮਿਲ ਜਾਏਗੀ ਇੰਨਾ ਕੁਝ ਵੀ ਇਸ ਜਨ ਨਹੀਂ ਹੈ ਸੋ that is what is uh, about india denmark diye hai latest partnership te koi agar green hydrogen bare confusion hai ta to si fifth jam di uh, discussion jedi hai detail vich suno utthe maine green hydrogen mission jo india ne launch kita hai o di bhi discussion kitti hai green hydrogen kya hai process kya hai formation da o vi discuss kita hai ta enu detail vich check karo right final article for today indian citizens got fourth वन फोरथ ऑफ टोटल वीजाज इशूड बाय यूके राइट यूनाइटेड किंगडम राइट इंपोटेंट कंट्री ब्रिटेन भी कहने आप ब्रिटेन के नाम तो भी जानते हैं तो ब्रिटेन या यूके ने जिन्हें भी वीजाज जरूव किए हैं ਇਹ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਇੰਡੀਅਨਜ਼ ਨੂੰ ਉਹ ਵੀਜ਼ਾਸ ਮਿਲੇ ਨੇ ਆਲਮੋਸਟ 1/4 ਜਿਹੜੇ ਇਹਨਾਂ ਦੇ ਵੀਜ਼ਾਸ ਹੈ ਉਹ ਇੰਡੀਅਨਜ਼ ਨੂੰ ਮਿਲੇ ਨੇ ਤੇ ਹਰ ਕੈਟਾਗਰੀ ਚ ਚਾਹੇ ਸਟੂਡੈਂਟ ਵੀਜ਼ਾ ਹੋ ਵਰਕ ਵੀਜ਼ਾ ਹੋ ਵਿਜ਼ਿਟ ਵੀਜ਼ਾ ਹੋ ਹਰ ਕੈਟਾਗਰੀ ਚ ਮੈਕਸਿਮਮ ਵੀਜ਼ਾਸ ਜਿਹੜੇ ਹੈ ਉਹ ਇੰਡੀਅਨਜ਼ ਨੂੰ ਹੀ ਮਿਲੇ ਨੇ ਬਾਏ ਯੂਕੇ ਰਾਈਟ ਥਿਸ ਜਸਟ ਸ਼ੋਜ਼ ਦੀ ਸਿਗਨੀਫੀਕੈਂਸ ਆਫ ਇੰਡੀਆ ਯੂਕੇ ਰਿਲੇਸ਼ਨਸ ਤੁਸੀਂ ਕਹਿ ਸਕਦੇ ਹੋ ਕਿ ਇੰਡੀਆ ਯੂਕੇ ਦੇ ਰਿਲੇਸ਼ਨ ਇੰਨੇ ਬੂਮ ਕਰ ਰਹੇ ਨੇ ਕੀ ਲੋਕਾਂ ਦੀ ਇੰਟਰੈਕਸ਼ਨ ਵੀ ਦੇਖੋ ਕਿੰਨੀ ਜ਼ਿਆਦਾ ਹੈ ਆਪਾਂ ਸਟੂਡੈਂਟਸ ਐਕਸਚੇਂਜ ਕਰ ਰਹੇ ਹਨ bizness ਲਈ ਲੋਕ ਇੰਡੀਆ ਤੋਂ UK ਜਾ ਰਹੇ ਨੇ ਰਾਈਟ ਆ ਨੋਰਮਲ ਟੂਰਿਜ਼ਮ ਲਈ ਲੋਕ UK ਜਾ ਰਹੇ ਨੇ this just shows ਕਿ ਕਿੰਨੀ ਜ਼ਿਆਦਾ ਇੰਗੇਜਮੈਂਟ ਹੈ ਦੋਨਾਂ ਕੰਟਰੀਜ਼ ਦੇ ਵਿੱਚ ਤੇ ਓਪਨ ਆਰਮਸ ਨਾਲ ਦੋਨੋਂ ਕੰਟਰੀਜ਼ ਇਸ ਇੰਗੇਜਮੈਂਟ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਰਾਈਟ ਇਹ ਥੋੜਾ ਜਿਹਾ ਡਾਟਾ ਤੁਸੀਂ ਲਿਖ ਕੇ ਰੱਖੋ ਇਹ ਤੁਸੀਂ ਅਗਰ ਇੰਡੀਆ ਯੂਕੇ ਰਿਲੇਸ਼ਨਸ ਤੇ ਇੰਡੀਆ ਯੂਰਪ ਰਿਲੇਸ਼ਨਸ ਤੇ ਕੋਈ ਵੀ ਕੁਐਸਚਨ ਪੁੱਛਿਆ ਜਾਵੇ ਉਸ ਚ ਤੁਸੀਂ ਇਹ ਯੂਜ਼ ਕਰ ਸਕਦੇ ਹੋ রাইਟ ਇੰਡੀਆ ਯੂਕੇ ਦੇ ਵਿੱਚ ਇੱਕ ਹੋਰ ਇੰਪੋਰਟੈਂਟ ਸਕੀਮ ਵੀ ਚੱਲ ਰਹੀ ਹੈ ਇੰਡੀਆ ਯੂਕੇ ਯੰਗ professionals ਸਕੀਮ ਠੀਕ ਹੈ ਜੀ 28th ਫੈਬਨੂਹੀ ਇਹ ਯੂ نو ਲਾਂਚ ਕੀਤੀ ਗਈ ਸੀ ਇਹਦੇ ਵਿੱਚ ਕੀ ਹੈ ਅੰਡਰ ði ਸਕੀਮ 2400 ਵੀਜ਼ਾਸ ਵਿਲ ਬੀ ਮੇਡ एलिਜੀਬਲ ਫਾਰ ਇੰਡੀਅਨਸ राइट right? इंडियनसू चौबीस सौ वीजाज जोड़े दिते जाने थ्रू बैलेट सिस्टम तो पता ही है बहुत सारे एलिजिबल लोग हूँ है उन्ना जो कुछ लोग पिकअप करने लॉटरी सिस्टम भी आप कह दें ये सब चलता है तो यह स्कीम के अंडर हम ट्यूजडे ट्वेंटी एट फैबू स्कीम भी चलाई गई ਰਾਈਟ ਇਹ ਬੇਸਿਕ ਕੁਝ ਕੁਝ ਡਾਟਾ ਇੰਨਾ ਆਰਟੀਕਲਸ ਜੋ ਲਿਖ ਕੇ ਰੱਖੋ ਇਹ ਸਭ ਤੁਸੀਂ ਆਨਸਰਸ ਚ ਡਿਫਰੈਂਟ ਸਬਜੈਕਟਸ ਵਿੱਚ ਯੂਜ਼ ਕਰ ਸਕਦੇ ਹੋ ਰਾਈਟ ਜਿਵੇਂ ਜਿਵੇਂ ਤੁਸੀਂ ਯਾਦ ਕਰਦੇ ਰਹੋਗੇ ਆਨਸਰ ਰਾਈਟਿੰਗ ਦੀ ਪ੍ਰੈਕਟਿਸ ਕਰੋਗੇ ਉਸ ਨਾਲ ਤੁਹਾਨੂੰ ਹੋਰ ਕਲੈਰਿਟੀ ਆ ਜਾਏਗੀ ਕਿ ਕਿਸ ਤਰੀਕੇ ਨਾਲ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਕੰਮ ਆਣੀ ਹੈ ਰਾਈਟ ਤੇ ਕੁਝ ਬੱਚੇ ਮੈਨਸ ਦੇ ਕੁਐਸਚਨ ਲਈ ਵੀ ਰਿਕੁਐਸਟ ਕਰ ਰਹੇ ਸੀ ਤਾਂ ਮੈਂ ਕੁਐਸਚਨ ਜਿਹੜਾ ਹੈ ਟੈਲੀਗ੍ਰam ਗਰੁੱਪ ਵਿੱਚ ਹੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਅ ਅਗਰ ਤੁਸੀਂ ਆਨਸਰਸ ਲਿਖ ਕੇ ਭੇਜਣਾ ਚਾਹੁੰਦੇ ਹੋ ਤਾਂ ਉਹ ਵੀ ਸ਼ੇਅਰ ਕਰ ਸਕਦੇ ਹੋ ਆਈਲ ਟ੍ਰਾਈ ਟੂ ਕਰੈਕਟ ਇਫ ਪੋਸੀਬਲ ਇਫ ਟਾਈਮ ਪਰਮਿਟਸ ਬਟ ਮੈਂ ਕੁਐਸਚਨ ਜ਼ਰੂਰ ਤੁਹਾਡੇ ਨਾਲ ਟੈਲੀਗ੍ਰam ਗਰੁੱਪ ਵਿੱਚ ਸ਼ੇਅਰ ਕਰ ਦੂੰਗੀ ਜਿਹਦਾ ਆਨਸਰ ਲਿਖ ਕੇ ਤੁਸੀਂ ਭੇਜ ਸਕਦੇ ਹੋ ਰਾਈਟ that is all about today's video thank you so much for watching